ਲੈ ਵੀ ਕੁਆਲਿਟੀ ਚੈੱਕ ਕਰ ਸਕਦੇ ਹੋ ਬੱਕਰੇ ਦੀ ਨਾ, ਠੋਸ ਬੱਕਰਾ ਪੂਰਾ ਇਹੋ ਜਿਹੀ ਗੱਲ ਨਹੀਂ, ਰਾਜੀ ਆ ਬਈ ਲਿੰਗਾ ਜਾਂ ਨਿਕਲ ਵਧੀਆ ਕਰਨ ਐਨ ਵਧੀਆ. ਹਾਂ ਲੈ ਵੀ ਦੇਖ ਸਕਦਾ, ਲੈ ਵੀ ਬੱਕਰਾ ਦੇਖ ਸਕਦੇ ਹੋ ਬਈ ਓਨੇ ਕੁ ਵੇਟ ਦਾ ਹੋਊਗਾ. ਚੈੱਕ ਕਰੋ ਕੁਆਲਿਟੀ, ਨਵੇਂ ਨੇ ਬਈ ਸਾਰੇ ਜਣਾ, ਜਿਹੜੀ ਡੇਢ ਡੇਢ ਕੁ ਸਾਲ ਦੇ ਨੇ, ਬੁੜੇ ਬੱਕਰੇ ਨਹੀਂ ਹੈਗੇ. ਲੈ ਕੁਆਲਿਟੀ ਪੂਰੀ ਆ ਵੀ, ਛੇ ਦੰਦ ਆ ਬਈ ਦੇਖ ਸਕਦੇ ਤੁਹਾਡੇ ਸਾਹਮਣੇ ਹੈਗਾ. 10 ਬੱਕਰੇ ਨੇ ਬਈ ਇਹ ਟੋਟਲ ਨਾ, ਸਾਰੇ ਵੀ ਖਰੀਦ ਸਕਦੇ ਹੋਗੇ, ਇਕੱਲੇ ਇਕੱਲੇ ਵੀ ਖਰੀਦ ਸਕਦੇ ਹੋਗੇ. ਲਓ ਜੀ ਬਾਈ ਜੀ, ਅੱਜ ਆਏ ਹੋਏਗੇ ਜੀ ਸ਼ਹਿਰ ਪਟਿਆਲੇ ਦੇ ਵਿੱਚ, ਅਤੇ ਬਾਈ ਜੀ ਕੋਲ ਨਾ ਖੱਸੀ ਬੱਕਰੇ ਨੇ. ਗੱਲਬਾਤ ਕਰਦੇ ਹਾਂ ਵੀ ਜੇ ਕਿਸੇ ਵੀ ਮੇਰੇ ਵੀਰ ਨੇ ਖੱਸੀ ਬੱਕਰੇ ਲੈਣੇ ਹੋਣ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ, ਤੁਹਾਨੂੰ ਇਕੱਲਾ ਇਕੱਲਾ ਬੱਕਰਾ ਦਿਖਾਵਾਂਗੇ. ਕੀ ਗੱਲਬਾਤ ਆ ਗਈ ਵੀਰ ਨਾਲ ਗੱਲਬਾਤ ਕਰਾਂਗੇ. ਬਾਈ ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਬਾਈ ਜੀ? ਬਹੁਤ ਵਧੀਆ ਜੀ. ਠੀਕ ਹੈ ਜੀ, ਕਿੰਨੇ ਬੱਕਰੇ ਬਾਈ ਇਹ? 10 ਖੱਸੀ ਬੱਕਰੇ ਨੇ ਜੀ. 10 ਖੱਸੀ ਬੱਕਰੇ, ਠੀਕ ਹੈ ਜੀ. ਘਰ ਦੇ ਪਾਲੇ ਹੋਏ ਨੇ? ਹਾਂਜੀ ਹਾਂਜੀ, ਸਪੈਸ਼ਲੀ ਈਦ ਵਾਸਤੇ ਤਿਆਰ ਕਰੇ ਹੋਏ ਨੇ ਜੀ. ਈਦ ਵਾਸਤੇ ਤਿਆਰ ਕਰੇ ਨੇ? ਲੈ ਵੀ ਸਪੈਸ਼ਲੀ ਈਦ ਵਾਸਤੇ ਤਿਆਰ ਕਰੇ ਹੋਏ ਨੇ. ਜ਼ਿਆਦਾ ਟਾਈਮ ਆਪਾਂ ਨਹੀਂ ਖਰਾਬ ਕਰਦੇ, ਲੈ ਆ ਜਾਓ ਬਾਈ ਜੀ. ਦੱਸੋ ਬਾਈ, ਆਹ ਬੱਕਰੇ ਬਾਰੇ ਦੱਸੋ. ਕਰੀ ਬਾਈ ਪਾਲਾ ਬੱਕਰਾ ਜੀ, 4 ਕ ਦੰਦ ਬੱਕਰਾ ਜੀ. ਬੱਕਰਾ ਦਿਖਾਓ, ਇੱਧਰ ਦਿਖਾਓ ਬੱਕਰਾ. ਦਿਖਾਓ ਬਾਈ ਮੂਹਰੇ ਹੋ ਗਏ. ਪੂਰੀ ਪਿਓਰ, ਤੂੰ ਇੱਧਰ ਹੋਇਆ ਬਾਈ, ਪੂਰੀ ਪਿਓਰ ਕੁਆਲਿਟੀ ਦੇ ਵਿੱਚ ਜਿਹੜੇ ਬੱਕਰਾ ਦਿਖਾ ਦੇ, ਤੈਨੂੰ ਨਹੀਂ ਵੇਚਣਾ ਹੈਗਾ. ਲੈ ਵੀ ਦੱਸ, ਪਿਓਰ ਕੁਆਲਿਟੀ ਦੇ ਵਿੱਚ ਜੀ, ਪੂਰਾ ਬੀਟਲ ਦੇ ਵਿੱਚ. ਲੈ ਵੀ ਬੀਟਲ ਦੇ ਵਿੱਚ ਦੇਖ, 60-65 ਦੇ ਲਗਭਗ ਵਜਨ ਹੈ ਜੀ. 60-65 ਕਿਲੋ weight ਹੋਊਗਾ. ਬਾਕੀ ਬਾਈ ਜੀ ਤੁਸੀਂ ਆਇਓ ਨਾ, 40 ਇੰਚ ਇਹਦੀ ਹਾਈਟ ਹੈ ਜੀ. 40 ਇੰਚ ਹਾਈਟ ਆ ਗਈ. ਹਾਂਜੀ, ਉਹਨੂੰ ਉੱਧਰ ਕਰ ਦਿਆ ਕਰੋ ਵੀਰੇ, ਮਾੜਾ ਨਾ ਸਾਈਡ 'ਤੇ ਰੱਖਿਆ ਕਰੋ ਬੱਕਰੇ. ਇੱਧਰ ਲੈ ਵੀ ਕੁਆਲਿਟੀ ਚੈੱਕ ਕਰ ਸਕਦੇ ਹੋ ਬੱਕਰੇ ਦੀ ਨਾ, ਠੋਸ ਬੱਕਰਾ ਪੂਰਾ ਇਹੋ ਜਿਹੀ ਗੱਲ ਨਹੀਂ, ਰਾਜੀ ਆ ਬਾਈ ਲਿੰਗਾ ਜਾਂ ਨਿਕਲ ਵਧੀਆ ਕਰਨ ਐਨ ਵਧੀਆ. ਹਾਂ ਲੈ ਵੀ ਦੇਖ ਸਕਦਾ, ਈਦ ਦੇ ਲਈ ਤਿਆਰ ਕਰੇ ਹੋਏ ਨੇ ਵੀਰ ਨੇ. ਦੂਜਾ ਇੱਧਰ ਦੇਖੋ, ਦੂਆ ਬੱਕਰਾ ਲੈ. ਇਹਦੇ ਰੇਟ ਦੀ ਗੱਲਬਾਤ ਕਰੀਏ ਆਪਾਂ, ਕਿਵੇਂ ਹੋਊਗਾ ਬਾਈ ਜੀ? ਇਹ ਰੇਟ ਜੀ ਵੈਸੇ 10 ਇਕੱਠੇ ਵੇਚ ਦਾਂਗੇ. ਹਾਂਜੀ, ਮੌਕੇ ਤੇ ਕੰਟੈਕਟ ਕਰ ਲਾਂਗੇ, ਮੌਕੇ ਤੇ ਗੱਲਬਾਤ. ਜੇ ਅਲੱਗ ਅਲੱਗ ਵੇਚਣਾ ਉਹਦਾ ਅਲੱਗ ਅਲੱਗ ਰੇਟ ਆ, ਤੇ ਇਕੱਠਾ ਧੜੇ ਦੇ ਵਿੱਚ ਅਸੀਂ ਇੱਕ ਰੇਟ ਉਹਦਾ ਅਲੱਗ ਰੇਟ ਕਰ ਦੋ ਸਾਈਡ ਤੇ. ਲੈ ਵੀ ਕਾ ਆ ਗਿਆ ਬਾਈ ਜੀ, ਇਹ ਵੀ ਪਿਓਰ ਕੁਆਲਿਟੀ ਦੇ ਵਿੱਚ ਹੈ ਜੀ, ਕੰਨ ਦੇਖ ਸਕਦੇ ਹੋ. ਇਹ ਵੀ ਉਨੇ ਕੇ ਵੇਟ ਦੀ ਹੈ ਨਾ ਬੱਕਰਾ, ਇਹ ਵੀ 60-65 ਕਿਲੋ ਦੇ ਵਿੱਚ ਹੈ. ਦੰਦ ਬਈ ਇਹ ਹੋ ਗਿਆ ਚੌਗਾ, ਚੌਗਾ ਜੀ, ਸਿੱਗੇ ਦੇ ਚੱਕ ਰਿਹਾ ਬਈ ਜੀ. ਲੈ ਵੀ ਬੱਕਰਾ ਦੇਖ ਸਕਦੇ ਹੋ ਬਈ, ਉਨੇ ਕੇ ਵੇਟ ਦਾ ਹੋਊਗਾ. ਚੈੱਕ ਕਰੋ ਕੁਆਲਿਟੀ, ਡੇਢ ਡੇਢ ਕੁ ਸਾਲ ਦੇ ਨੇ ਬੱਕਰੇ. ਲੈ ਵੀ ਲਿਆਓ ਅਗਲਾ, ਲੈ ਵੀ ਲਓ ਜੀ, ਇੱਕ ਮਿੰਟ. ਲੈ ਵੀ ਆ ਗਿਆ ਜੈੱਡ ਬਲੈਕ ਜਮਾਂ, ਜਿਹੜੇ ਮੇਰੇ ਵੀ ਨਾ ਕਾਲਾ ਬੱਕਰਾ ਭਾਲਦੇ ਨੇ. ਕੁਆਲਿਟੀ ਚੈੱਕ ਕਰੋ, ਦੰਦੋ ਕਿਵੇਂ ਆ ਬਈ ਇਹ? ਦੰਦ 4 ਕ ਦੰਦ, 4 ਆ ਬਈ, ਇਹ ਵੀ 4 ਦੰਦ ਆ ਬਈ. ਨਵੇਂ ਨੇ ਬਈ ਸਾਰੇ ਜਣਾ, ਜਿਹੜੀ ਡੇਢ ਸਾਲ ਕ ਦੇ ਨੇ, ਡੇਢ ਕ ਸਾਲ ਦੇ ਨੇ, ਬੁੜੇ ਬੱਕਰੇ ਨਹੀਂ ਹੈਗੇ. ਲੈ ਇਹ ਕੁਛ ਵਿੱਚ ਜੀ, 4-5 60-65 ਕਿਲੋ ਵਾਲੇ ਨੇ, ਵਿੱਚ 45-50 ਕਿਲੋ ਦੇ ਵਿੱਚ ਨੇ, ਥੋੜੇ ਹਲਕੇ ਵੀ ਨੇ, ਥੋੜੇ ਹਲਕੇ ਨੇ, ਇਸ ਲਈ ਵੀ ਅਲੱਗ ਅਲੱਗ ਰੇਟ ਕਰਦੇ ਨੇ ਇਹਨਾਂ ਦਾ. ਕੱਲੇ ਕੱਲੇ ਲਿਆ ਬਈ, ਆ ਲਿਆ ਡੱਬਾ, ਇਹ ਵੀ ਆ ਲੋਹਾ ਡੱਬਾ ਰੱਖਣਾ ਸਾਨੂੰ. ਲੈ ਵੀ ਆ ਬੱਕਰਾ ਦੇਖ ਸਕਦੇ ਹੋ ਨਾ, ਇਹ ਥੋੜਾ ਜਿਹਾ ਘੱਟ ਹਾਈਟ ਦਾ, 39 ਕ ਹਾਈਟ ਆ ਜੀ ਇਹਦੀ, 39 ਹਾਈਟ ਆ ਬਾਈ, ਵੇਟ ਥੋੜਾ ਜਿਹਾ ਘੱਟ ਹੋਊਗਾ. ਇਹ ਸਿੱਗਾ ਹੋ ਗਿਆ ਜੀ, ਕੁਆਲਿਟੀ ਪੂਰੀ ਆ ਜੀ, ਕੁਆਲਿਟੀ ਪੂਰੀ ਆ ਵੀ, 6 ਦੰਦ ਆ ਬਈ ਦੇਖ ਸਕਦੇ ਤੁਹਾਡੇ ਸਾਹਮਣੇ ਹੈਗਾ. ਹੋਰ ਲਿਆਓ ਬਾਈ, 10 ਬੱਕਰੇ ਨੇ ਬਾਈ ਇਹ ਟੋਟਲ, ਜੇ ਸਾਰੇ ਵੀ ਤੁਸੀਂ ਖਰੀਦ ਸਕਦੇ ਹੋਗੇ. ਵਿੱਚ ਕੁਛ ਥੋੜੇ ਜਿਹੇ ਹਲਕੇ ਕੱਟਦੇ ਨੇ ਜੀ, ਜ਼ਿਆਦਾ ਨਵੇਂ ਨੇ, ਵਿੱਚ ਇਹਦੇ 'ਚ 2-2 ਦੰਦ ਵੀ ਨੇ ਜੀ, 2 ਦੰਦ ਵੀ ਨੇ. ਲੈ ਵੀ ਇਹ ਦੁੱਗਾ ਬਾਈ, ਲੈ ਵੀ 2 ਦੰਦ ਆ ਦੇਖ ਸਕਦੇ ਹੋ ਨਾ ਬੱਕਰਾ, ਲੈ ਵੀ ਹਜੇ ਬੱਚਾ ਹੀ ਆ ਬਾਈ, ਦੁੱਗਾ ਹੀ ਆ ਬਾਈ, ਜੈੱਡ ਬਲੈਕ ਆ ਨਾ, ਦੇਖ ਸਕਦੇ ਹੋ ਨਾ. ਹਾਂਜੀ ਹਾਂਜੀ, ਜੇ ਕੋਈ ਮੇਰਾ ਵੀਰ ਘੱਟ ਬਜਟ ਵਾਲਾ ਹੋਵੇ ਉਹ ਲੈ ਕੇ ਜਾ ਸਕਦਾ ਨਾ.
ਉਹ ਵੈਸੇ ਵਜਨ ਚ ਪੂਰਾ ਵਜਨ ਚ ਕਿਵੇਂ ਹੋਊਗਾ, ਭਾਰੀ ਆ ਜੀ ਇਹ, ਕਿੰਨਾ ਵਜਨ ਹੋਊ ਇਹਦੇ ਵਿੱਚ? ਹੋਊਗਾ ਇਹਦੇ ਜੀ ਆਪਣਾ 40 ਤੋਂ ਉੱਤੇ ਆ, 40 ਤੋਂ ਉੱਪਰ, 40 50 ਦੇ ਨੇੜੇ ਆ ਨਾ। ਹਾਂਜੀ ਹਾਂਜੀ, ਵਜਨ ਚ ਪੂਰਾ ਵਧੀਆ ਬਈ। ਲਿਆ ਬਈ, ਨਵੇਂ ਨੇ ਜਮਾ ਲਓ ਬਈ। ਇੱਕ ਆ ਗਿਆ ਬਈ, ਇਹ ਚੌਗਾ ਬਈ, ਲੈ ਵੀ ਇਹ 4 ਦਾ ਹੁੰਦਾ, ਹਾਈਟ ਓਨੀ ਕੀ ਇਹਦੀ ਦੇਖ ਸਕਦੇ ਹੋ ਨਾ। ਹੋਰ ਲਿਆਓ ਬਈ ਬੱਕਰਾ, ਫੜੀ ਚੱਲੋ ਬਈ। 10 ਬੱਕਰੇ ਨੇ ਬਈ ਇਹ ਟੋਟਲ ਨਾ, ਸਾਰੇ ਵੀ ਖਰੀਦ ਸਕਦੇ ਹੋ, ਇਕੱਲੇ ਇਕੱਲੇ ਵੀ ਖਰੀਦ ਸਕਦੇ ਹੋ, ਦੇਖ ਸਕਦੇ ਹੋ। ਕੰਧ ਸਿੰਘ ਦੇਖ ਸਕਦੇ ਹੋ ਜੀ, ਕੱਦ ਇਹਦਾ ਵੀ 36 ਇੰਚ ਹੈ ਜੀ, ਇਹ ਵੀ 36 ਇੰਚ ਕੱਦ ਆ, ਵੇਟ ਹੈਗਾ ਹੈਗਾ 50 ਕਿਲੋ ਦੇ ਨੇੜੇ। ਹਾਂ, ਹੋਰ ਲਿਆਓ ਬਾਈ। ਭੋਲਾ ਇਹ ਹਲੇ 2 ਦੰਦ ਕੱਢ ਰਿਹਾ ਜੀ, ਸਾਲ ਦਾ ਵੀ ਨਹੀਂ ਹੋਇਆ ਇਹ। ਅੱਛਾ, ਮਈ ਦਾ ਜਨਮ ਆਇਆ ਪਿਛਲੇ ਸਾਲ, ਕੁਆਲਿਟੀ ਪੱਖੋਂ ਵੀ ਚੰਗਾ ਯਾਰ ਨਾ। ਸਹੀ ਗੱਲ ਆ ਬਈ। ਹੋਰ ਲਿਆਓ ਬਾਈ, ਕਿਹੜਾ ਰਹਿ ਗਿਆ? ਇਹ ਵੀ ਲੋਹਾ ਰਹਿ ਗਿਆ, ਤੇ ਬਾਕੀ ਤੁਹਾਨੂੰ ਨੰਬਰ ਵੀ ਦੇਵਾਂਗੇ, ਬਾਕੀ ਸਕਰੀਨ ਤੇ ਨੰਬਰ ਹੈਗਾ ਬਾਈ, ਜੇ ਕੋਈ ਮੇਰਾ ਵੀਰ ਖਰੀਦਣਾ ਚਾਹੁੰਦਾ ਨਾ, ਕੋਈ ਚਾਹ ਪਾਣ ਹੋਵੇ ਤਾਂ। ਲੋਹੇ ਰੰਗ ਚ ਜੀ, ਲੈ ਵੀ ਲੋਹੇ ਰੰਗ ਦੇ ਵਿੱਚ ਦੰਦ, ਦੁੱਗਾ ਹੀ ਹੋ ਮੈਨੂੰ ਲੱਗਦਾ, ਇਹ ਦੁੱਗਾ ਹੀ ਆ ਯਾਰ ਹਨਾ, 50 ਦੇ ਨੇੜੇ ਆ ਜੀ ਇਹਦਾ ਬਾਈ, 50 ਦੇ ਨੇੜੇ ਹੈਗਾ। ਬਾਕੀ ਬਾਈ ਜੇ ਤੁਸੀਂ ਆਓਗੇ ਨਾ ਆਪਦੀ ਅੱਖਾਂ ਦੇ ਨਾਲ ਦੇਖ ਕੇ, ਫਿਰ ਲੈ ਕੇ ਜਾਇਓ, ਅਸੀਂ ਤਾਂ ਕਹਿੰਦੇ ਹੈਗੇ ਲੈ ਵੀ, ਫੋਨ 'ਤੇ ਸੌਦਾ ਨਾ ਕਰਿਓ ਨਾ। ਹਾਂਜੀ, ਨਾ ਇੱਥੇ ਆ ਕੇ ਸੌਦਾ ਕਰਿਓ, ਫਿਰ ਗੱਲ ਬਣ ਜਾਏਗੀ ਸਾਹਮਣੇ ਬੈਠ ਕੇ। ਲੈ ਐਂ ਕਰ ਬਈ, ਨੰਬਰ ਬੋਲ ਦੇ ਚੱਲ ਹਨਾ। ਨੰਬਰ ਹੈਗਾ ਜੀ ਮੇਰਾ 70090504042। ਠੀਕ ਹੈ ਜੀ, ਲੈ ਵੀ ਕਰ ਲਿਓ ਸੰਪਰਕ, ਜੇ ਕਿਸੇ ਵੀ ਮੇਰੇ ਵੀਰ ਨੂੰ ਕੋਈ ਵੀ ਬੱਕਰਾ ਚਾਹੀਦਾ ਹੋਊਗਾ, ਇੱਕ ਵਾਰ ਦਿਖਾ ਦਿਓ, ਬੁਸ ਮਾਰ ਕੇ ਝਾਤੀ ਮਰਾ ਦਿਓ ਬਈ ਸਾਰੇ ਬੱਕਰਾਂ ਦੇ ਉੱਤੇ ਹਨਾ, ਫਿਰ ਤੁਹਾਨੂੰ ਦਿਖਾ ਦਈਏ। ਸਾਰੇ ਬੱਕਰੇ ਜਾਣ ਵਾਲੇ ਬੱਕਰੇ ਨੇ ਬਾਈ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਕੋਈ ਵੀ ਇਹਦੇ ਵਿੱਚੋਂ ਲਿੱਸਾ ਬੱਕਰਾ ਨਹੀਂ ਹੈਗਾ, ਜੇ ਇਹੋ ਜਿਹੇ ਤੁਹਾਨੂੰ ਚਾਹੀਦੇ ਨੇ ਸੋਹਣੇ ਬੱਕਰੇ, ਸੁਥਰੇ ਬੱਕਰੇ ਨੇ ਸਾਰੇ, ਅਤੇ ਸਾਰੇ ਖੱਸੀ ਨੇ। ਈਦ ਆ ਗਈ ਨੇੜੇ, ਮੇਰਾ ਤਾਂ ਮਾਸਾ ਮਹੀਨਾ ਕੁ ਰਹਿ ਗਿਆ, ਅੱਜ ਤਾਂ ਕਹਿੰਦਾ ਉਸ ਤੋਂ ਪਹਿਲਾਂ ਆਓ ਅਤੇ ਲੈ ਜਾਓ, ਸ਼ਹਿਰ ਪਟਿਆਲੇ 'ਚ ਖੜਿਆ। ਠੀਕ ਹੈ ਬਾਈ ਜੀ, ਧੰਨਵਾਦ। ਧੰਨਵਾਦ, ਧੰਨਵਾਦ।